ਬੂਆ ਮਾਮੇ ਤੇ ਪੁੱਤਾਂ ਨੇ ਰਲ ਕੇ ਬਣਾਇਆ ਚੋਰੀ ਦਾ ਗਰੋਹ। ਪੜ੍ਹਾਈ ਕਰਦਿਆਂ ਕਰਦਿਆਂ ਜਲਦ ਬਣਨਾ ਚਾਹੁੰਦੇ ਸੀ ਅਮੀਰ। 50 ਚੋਰੀਆਂ ਹੁਣ ਤੱਕ ਇਹਨਾਂ ਨੇ ਕਬੂਲ ਲਈਆਂ ਨੇ, ਤਾਂ ਪੜ੍ਹਾਈ ਕਰਦਿਆਂ ਕਰਦਿਆਂ ਅਮੀਰ ਬਣਨ ਦੇ ਚਾਹ ਨੇ ਜੇਲ੍ਹ ਪਿੱਛੇ ਸਲਾਖਾਂ ਪਿੱਛੇ ਪਹੁੰਚਾ ਤਾ ਇਹਨਾਂ ਨੌਜਵਾਨਾਂ ਨੂੰ। ਛੋਟੀ ਛੋਟੀ ਉਮਰ ਦੇ ਵਿੱਚ ਇਹ ਨੌਜਵਾਨ ਪੜ੍ਹਾਈ ਕਰਦਿਆਂ ਅਮੀਰ ਬਣਨਾ ਚਾਹੁੰਦੇ ਸੀ, ਤਾਂ ਇਹਨਾਂ ਨੇ ਰਲ ਕੇ, ਹਾਲਾਂਕਿ ਆਪਸ 'ਚ ਪਤਾ ਚੱਲਿਆ ਕਿ ਰਿਸ਼ਤੇਦਾਰੀ 'ਚ ਭੂਆ ਅਤੇ ਮਾਮੇ ਦੇ ਬੇਟੇ ਲੱਗਦੇ ਨੇ, ਆਪਸ ਦੇ ਵਿੱਚ ਰਿਸ਼ਤੇਦਾਰ ਨੇ, ਰਲ ਕੇ ਇਹਨਾਂ ਨੇ ਗਿਰੋਹ ਬਣਾਇਆ ਅਤੇ 50 ਦੇ ਕਰੀਬ ਚੋਰੀਆਂ ਕੀਤੀਆਂ। ਇਹਨਾਂ ਦੇ ਕੋਲੋਂ 7 ਮੋਟਰਸਾਈਕਲ, ਕੁਝ ਮੋਬਾਈਲ ਫੋਨ ਅਤੇ ਨਕਦੀ ਬਰਾਮਦ ਹੋਈ ਹੈ। ਤਾਂ ਦੱਸ ਦਈਏ ਕਿ ਕਬਾੜੀਏ ਦੇ ਕੋਲ ਜਾ ਕੇ ਇਹ ਮੋਟਰਸਾਈਕਲ ਅਤੇ ਹੋਰ ਸਮਾਨ ਵੇਚ ਦਿੰਦੇ ਸੀ, ਮੋਬਾਈਲ ਫੋਨ ਵੀ ਚੋਰੀ ਕਰਕੇ ਸਸਤੇ ਦੇ ਵਿੱਚ ਵੇਚ ਦਿੰਦੇ ਸੀ। ਇਹਨਾਂ ਦੇ ਵੱਲੋਂ ਆਪਣੀਆਂ 50 ਵਾਰਦਾਤਾਂ ਨੂੰ ਕਬੂਲਿਆ ਗਿਆ ਹੈ ਕਿ ਇਹਨਾਂ ਨੇ ਰਲ ਕੇ 50 ਵਾਰਦਾਤਾਂ ਯਾਨੀ ਕਿ 50 ਚੋਰੀਆਂ ਲੁੱਟਖੋ ਕੀਤੀ ਗਈ ਹੈ ਇਹਨਾਂ ਦੇ ਵੱਲੋਂ। ਦੱਸ ਦਈਏ ਕਿ ਇਹਨਾਂ ਦੇ ਜਿਹੜੇ ਮੁੱਖ 2 ਆਰੋਪੀ ਸੀ ਹਾਲੇ ਉਹ ਗਾਇਬ ਨੇ, ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਹੈ, ਦੇਖ ਸਕਦੇ ਹੋ ਕਿ ਕਿਵੇਂ ਛੋਟੀ ਛੋਟੀ ਉਮਰ ਦੇ ਬੱਚਿਆਂ ਨੇ ਰਲ ਕੇ ਅਮੀਰ ਬਣਨ ਦਾ ਖੁਆਬ ਵੇਖਿਆ ਅਤੇ ਉਹ ਗਲਤ ਰਾਹ ਪੈ ਗਏ। ਉਹਨਾਂ ਦੇ ਵੱਲੋਂ 50 ਚੋਰੀਆਂ ਨੂੰ ਹੁਣ ਤੱਕ ਅੰਜਾਮ ਦਿੱਤਾ ਗਿਆ ਹੈ। ਕਈ ਲੋਕਾਂ ਦੇ ਘਰੋਂ ਇਹਨਾਂ ਨੇ ਚੋਰੀਆਂ ਕੀਤੀਆਂ, ਮੋਟਰਸਾਈਕਲ ਚੁਰਾਏ, ਮੋਬਾਈਲ ਫੋਨ ਖੋਏ ਅਤੇ ਹੁਣ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ। ਤਾਂ ਮਾਮੇ ਭੂਆ ਦੇ ਮੁੰਡਿਆਂ ਨੇ ਰਲ ਕੇ ਚੋਰ ਗਿਰੋਹ ਬਣਾਇਆ ਅਤੇ ਉਹ ਚੋਰ ਗਿਰੋਹ ਅੱਜ ਫੜਿਆ ਗਿਆ ਹੈ। ਤਾਂ ਇਹ ਮਾਮਲਾ ਲੁਧਿਆਣਾ ਦੇ ਥਾਣਾ ਜਮਾਲਪੁਰ ਤੋਂ ਸਾਹਮਣੇ ਆ ਰਿਹਾ। ਆਓ, ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ, ਕਿਵੇਂ ਇਹਨਾਂ ਦੇ ਗਿਰੋਹ ਨੂੰ ਫੜਿਆ ਗਿਆ, ਕਿਵੇਂ ਗਿਰੋਹ ਦਾ ਪਰਦਾ ਫਾਸ਼ ਹੋਇਆ, ਆਓ ਜਾਣਦੇ। ਦੌਰਾਨ ਨਾਕਾਬੰਦੀ 3 ਬੰਦੇ ਰਾਊਂਡ ਅਪ ਕੀਤੇ, ਜਿਨ੍ਹਾਂ ਕੋਲ ਸ਼ੱਕ ਸੀਗਾ ਵੀ ਚੋਰੀ ਦੇ ਮੋਟਰਸਾਈਕਲ ਹੈ, ਜੋ ਚੈੱਕ ਕਰਨ 'ਤੇ ਚੋਰੀ ਦੇ ਪਾਏ ਗਏ, ਜਿਸ 'ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਔਰ 3 ਮੋਟਰਸਾਈਕਲਾਂ ਸਮੇਤ ਉਹਨਾਂ ਨੂੰ ਅਰੈਸਟ ਕੀਤਾ, ਜਿਨ੍ਹਾਂ ਦਾ ਨਾਂ ਹੈਗੇ ਹਰਸ਼ ਉਰਫ ਹੈਰੀ, ਦੂਸਰਾ ਹੈਗਾ ਅਰਸ਼ਦੀਪ ਉਰਫ ਬੋਨੀ, ਤੀਸਰਾ ਗਗਨਦੀਪ ਉਰਫ ਗਗਨ। ਤੋ ਇਹ ਆਪਸ 'ਚ ਮਾਮੇ ਭੂਆ ਦੇ ਮੁੰਡੇ ਨੇ, ਅਰਸ਼ਦੀਪ ਅਤੇ ਹਰਸ਼, ਔਰ ਪੜ੍ਹਾਈ ਕਰਦੇ ਕਰਦੇ ਛੱਡ ਗਏ ਅਤੇ ਗਲਤ ਕੰਮਾਂ 'ਚ ਪੈ ਗਏ। ਉਸ ਤੋਂ ਬਾਅਦ ਇੰਟੈਰੋਗੇਸ਼ਨ 'ਤੇ ਪੁੱਛਗਿੱਛ 'ਤੇ ਇਹਨਾਂ ਨੇ ਹੋਰ ਮੋਟਰਸਾਈਕਲ ਕਾਫੀ ਵਾਰਦਾਤਾਂ ਮੰਨੀਆਂ, ਜਿਹਦੇ 'ਚੋਂ 4 ਮੋਟਰਸਾਈਕਲ ਹੋਰ ਬਰਾਮਦ ਹੋਏ ਨੇ ਔਰ 3 ਮੋਟਰਸਾਈਕਲ ਦੇ ਨਾਲ 6 ਮੋਬਾਈਲ ਵੀ ਬਰਾਮਦ ਹੋਇਆ। ਤੋ ਇਹਨਾਂ ਦਾ ਇੱਕ ਸਾਥੀ ਹੈਗਾ ਮੇਨ, ਜਿਹਦਾ ਨਾਂ ਹੈਗਾ ਇਕਰਾਮ ਵਿਨੂ, ਜਿਹੜਾ ਕਿ ਅਜੇ ਫਰਾਰ ਹੈ, ਜੋ ਮੋਟਰਸਾਈਕਲ ਚੋਰੀਆਂ ਕਰਕੇ ਉਹਨੂੰ ਦਿੰਦੇ ਸੀ, ਜੋ ਅੱਗੇ ਵੇਚਦਾ ਸੀ। ਤੋ ਬਾਕੀ ਵੱਡੀ ਬਰਾਮਦਗੀ ਹੋਣ ਦੀ ਉਮੀਦ ਹੈ, ਉਹਨੂੰ ਜਲਦੀ ਗ੍ਰਿਫਤਾਰ ਕਰਕੇ ਹੋਰ ਰਿਕਵਰੀ ਕੀਤੀ ਜਾਏਗੀ। ਇਹ ਨਸ਼ਾ ਵੀ ਕਰਦੇ ਆ ਔਰ ਚੋਰੀਆਂ ਕਰਕੇ ਫਿਰ ਇਹ ਮੋਟਰਸਾਈਕਲ ਵੇਚ ਕੇ ਉਹ ਤਾਂ ਨਸ਼ਾ ਲੈ ਕੇ, ਉਸ ਤੋਂ ਬਾਅਦ ਜਦੋਂ ਫਿਰ ਮਤਲਬ ਨਸ਼ਾ ਮੁੱਕ ਜਾਂਦਾ ਫਿਰ ਇਹ ਜਿਹੜੇ ਚੋਰੀਆਂ ਕਰਨ ਚੱਲ ਪਏ। ਸਰ, ਇਹਨਾਂ ਦੀ ਬੈਕਗ੍ਰਾਉਂਡ ਕੀ ਹੈ, ਕੀ ਕਰਦੇ ਨੇ ਇਹ, ਛੋਟੀ ਉਮਰ ਦੇ, ਕਿੰਨੀ ਕਿੰਨੀ ਉਮਰ ਇਹਨਾਂ ਦੀ? ਇਹ ਕਰੀਬ 19-20 ਸਾਲ ਦੇ ਹੈਗੇ ਆ, ਜਿਹੜੇ 3 ਲੜਕੇ ਆ, ਇੱਕ 21 ਸਾਲ ਦਾ, 2 19 ਸਾਲ ਦੇ ਆ ਔਰ ਨੋਰਮਲ ਪਰਿਵਾਰ 'ਚ ਵਾ। ਮਾਂ ਬਾਪ ਚਾਹੁੰਦੇ ਸੀ ਪੜ੍ਹਾਈ ਕਰਨ, ਲੇਕਿਨ ਇਹ ਗਲਤ ਕੰਮਾਂ 'ਚ ਪੈ ਗਏ। ਸਰ, ਕਿੰਨੇ ਸਮੇਂ ਤੋਂ ਇਸ ਚੀਜ਼ ਨੂੰ ਵਾਰਦਾਤ ਦੇ ਰਹੇ? ਕਰੀਬ 8-9 ਮਹੀਨੇ ਤੋਂ ਲਗਾਤਾਰ ਇਹ ਵਾਰਦਾਤਾਂ ਕਰ ਰਿਹਾ, ਜੋ ਹੁਣ ਤੱਕ ਪੁੱਛ ਕੇ ਇਹਨਾਂ ਦੱਸੇ। ਨਹੀਂ, ਇੰਨੇ ਅਡਿਕਟ ਨਹੀਂ ਲੱਗਦੇ, ਬਾਕੀ ਮੈਡੀਕਲ ਕਰਾਉਣ 'ਤੇ ਪਤਾ ਲੱਗੇਗਾ। ਨਹੀਂ, ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ। ਵੀਨੂ ਹੈ ਜਿਹੜਾ, ਇਹ ਰਹਿਣ ਵਾਲਾ ਹੈ ਮੋਗਾ ਕਲੋਨੀ ਲੁਧਿਆਣਾ ਦਾ ਹੀ ਹੈਗਾ ਜੀ, ਜੋ ਕਿ ਕਾਫੀ ਮੋਟਰਸਾਈਕਲ ਜਗਰਾਓ ਮੁੱਲਾਪੁਰ ਜਾ ਕੇ ਵੇਚਦਾ ਸੀ। ਤੋ ਇਹਨੂੰ ਕਾਬੂ ਕਰਕੇ ਅਗਲਾ ਫਿਰ ਪਤਾ ਕੀਤਾ ਜਾਊਗਾ।